करता कादर करी दे जिया रिज़्क संभाल क्या मेरे चित्त में
मैं चाहता सा मेरे सामने दुख आ जाए
ਕਦੇ ਕੋਈ ਨਹੀਂ ਆਖੇਗਾ, ਕਿਉਂਕਿ ਸੱਚਾਈ ਇਹੋ ਹੈ ਕਿ ਦੁੱਖ ਲਈ ਕੋਈ ਉਪਰਾਲੇ ਕਰਦਾ ਹੀ ਨਹੀਂ, ਸਾਰੇ ਯਤਨ ਸੁੱਖ ਲਈ ਹੋ ਰਹੇ। ਯਤਨ ਬਹੁਤ ਸੁੱਖ ਕੋ ਕੀ, ਦੁੱਖ ਕੋ ਕੀ ਉਹ ਨਾ ਕੋਈ। ਕੀ ਫਿਰ ਸੰਸਾਰ ਤੋਂ ਦੁੱਖ ਖਤਮ ਹੋ ਗਏ? ਸੰਸਾਰ ਦੇ ਹਰ ਮਨੁੱਖ ਕੋਲ ਸੁੱਖ ਆ ਗਿਆ, ਕੋਈ ਬਿਮਾਰ ਨਹੀਂ ਹੋਣਾ ਚਾਹੁੰਦਾ, ਸਾਰੇ ਉਪਰਾਲੇ ਤਾਂ ਅਰੋਗਤਾ ਲਈ ਨੇ। ਮਨੁੱਖ ਪਾਣੀ ਦੀ ਛਾਣ ਛਾਣ ਕੇ ਪੀਂਦਾ, ਹਰ ਇੱਕ ਚੀਜ਼ ਨੂੰ ਖਾਣ ਤੋਂ ਪਹਿਲਾਂ ਜਾਣਨਾ ਚਾਹੁੰਦਾ ਇਹਦੇ ਵਿੱਚ ਕੀ ਹੈ। ਅੱਜ ਦੇ ਯੁੱਗ ਅੰਦਰ ਖਾਸ ਕਰਕੇ ਰੋਗ ਅੱਜ ਦੇ ਯੁੱਗ ਵਿੱਚ ਅੱਗੇ ਨਾਲੋਂ ਜ਼ਿਆਦਾ ਨੇ। ਅੱਗੇ ਤਾਂ ਇੰਨੇ ਹੋਸਪਿਟਲ ਹੁੰਦੇ ਹੀ ਨਹੀਂ ਸਨ, ਅੱਗੇ ਤਾਂ ਰੋਗ ਦੀ ਸਫਾਈ ਲਈ ਇੰਨੀਆਂ ਮਸ਼ੀਨਾਂ ਹੁੰਦੀਆਂ ਹੀ ਨਹੀਂ ਸਨ, ਜਾਣਨ ਲਈ ਸਾਧਨ ਹੀ ਨਹੀਂ ਸਨ, ਇੰਨੇ ਡਾਕਟਰ ਵੀ ਨਹੀਂ ਸਨ। ਤੇ ਮਨੁੱਖ ਤੇ ਰੋਗ ਚਾਹੁੰਦਾ ਨੇ, ਜਦੋਂ ਮਨੁੱਖ ਰੋਗ ਨਹੀਂ ਚਾਹੁੰਦਾ ਤਾਂ ਰੋਗ ਕਿਉਂ ਵੱਧ ਰਹੇ? ਇਹਦੇ ਮਤਲਬ ਨਰਚਾਤ ਕੁਛ ਔਰ ਔਰੇ ਕੀ ਔਰੇ ਭਾਈ, ਮਨੁੱਖ ਰੋਗ ਨਹੀਂ ਚਾਹੁੰਦਾ, ਰੋਗ ਵੱਧ ਰਹੇ। ਸੰਸਾਰ ਅੰਦਰ ਦੁਨੀਆਂ ਦਾ ਕੋਈ ਮਨੁੱਖ ਬੁਢੇਪਾ ਨਹੀਂ ਚਾਹੁੰਦਾ, ਪਰ ਬੁਢੇਪਾ ਆ ਜਾਣਾ ਕਿਉਂਕਿ ਇਹਦੇ ਵੱਸ ਨੇ। ਦੁਨੀਆਂ ਦਾ ਕੋਈ ਮਨੁੱਖ ਨਿਰਸੰਤਾਨ ਔਤਰਾਪਣ ਨਹੀਂ ਪਸੰਦ ਕਰਦਾ, ਮਨੁੱਖ ਚਾਹੁੰਦਾ ਮੇਰੇ ਘਰ ਸੰਤਾਨ ਹੋਵੇ, ਔਰ ਹੋਵੇ ਵੀ ਮੇਰੀ ਮਰਜ਼ੀ ਦੀ। ਮਨੁੱਖ ਪੁੱਤਰ ਦੀ ਪ੍ਰਾਪਤੀ ਲਈ ਅੱਜ ਕੱਲ੍ਹ ਦੇ ਅੰਦਰ ਇਹੋ ਜਿਹੇ ਪੜ੍ਹੇ ਲਿਖੇ ਯੁੱਗ ਅੰਦਰ ਵੀ ਤੁਸੀਂ ਦੇਖਦੇ ਹੋ ਅਜੇ ਤੱਕ ਤਾਂਤਰਿਕ ਲੋਕਾਂ ਦੇ ਅਡੰਬਰ ਚੱਲ ਰਹੇ ਨੇ, ਪੜ੍ਹਦੇ ਨੇ ਉਹਨਾਂ ਨੂੰ ਪਤਾ, ਤਾਂਤਰਿਕ ਲੋਕ ਦੇ ਅਡੰਬਰ ਚੜ੍ਹਦੇ ਨੇ ਲੋਕ, ਉਹਨਾਂ ਦੇ ਪਿੱਛੇ ਲੱਗ ਕੇ ਧੀਆਂ ਦੀ ਬਲੀ ਦੇ ਰਹੇ ਨੇ, ਉਹਨਾਂ ਦੇ ਘਰ ਪੁੱਤਰ ਆ ਜਾਏ। ਵੀਡੀਓ ਅੱਖਾਂ ਨਾਲ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਧੀਆਂ ਨੂੰ ਕਤਲ ਕੀਤਾ ਜਾਂਦਾ, ਕਿਉਂ ਜਦੋਂ ਫੜੇ ਜਾਂਦੇ ਨੇ ਫਿਰ ਸਾਨੂੰ ਪੁੱਤਰ ਦੀ ਪ੍ਰਾਪਤੀ ਵਾਸਤੇ ਤਾਂਤਰਿਕ ਨੇ ਆਖਿਆ ਸੀ, ਅਸੀਂ ਤੇ ਉਹਦੇ ਆਖੇ ਲੱਗ ਕੇ। ਦੁਨੀਆਂ ਦਾ ਕੋਈ ਮਨੁੱਖ ਨਿਰਸੰਤਾਨ ਨਹੀਂ ਰਹਿਣਾ ਚਾਹੁੰਦਾ, ਸੰਤਾਨ ਚਾਹੁੰਦਾ ਤੇ ਚਾਹੁੰਦਾ ਵੀ ਆਪਣੀ ਮਰਜ਼ੀ ਦੀ ਹੈ। ਕੀ ਐਸਾ ਹੋ ਰਿਹਾ? ਬੜੀਆਂ ਸੌਖੀਆਂ ਬੜੀਆਂ ਕਹਾਣੀਆਂ, ਅਸੀਂ ਤਾਂ ਗੁਰੂ ਨਾਲ ਵੀ ਜੋੜ ਦਿੱਤੀਆਂ। ਅਸੀਂ ਇੰਨੇ ਜ਼ਿਆਦਾ ਪਰੰਪਰਾਵਾਦੀ ਅਤੇ ਇੰਨੇ ਜ਼ਿਆਦਾ ਕਮਜ਼ੋਰ ਦਿਲ ਹੋ ਗਏ ਹਾਂ ਕਿ ਗੁਰੂ ਨਾਲ ਵੀ ਇਹੋ ਜਿਹੀਆਂ ਕਹਾਣੀਆਂ ਜੋੜ ਦਿੱਤੀਆਂ ਗਈਆਂ, ਹਾਲਾਂਕਿ ਗੁਰੂ ਵਾਰ ਵਾਰ ਇਹ ਆਖ ਰਿਹਾ ਸੀ ਭਰਿਆ ਆਪਣੀ ਮਰਜ਼ੀ ਨਾ ਚਲਾ, ਮੇਰੇ ਰੱਬ ਦੀ ਮਰਜ਼ੀ ਦੇ ਅੱਗੇ ਸਿਰ ਚੁਕਾ। ਚਲੋ ਫਰਕ ਤਾਂ ਇੰਨਾ ਹੀ। ਆਓ ਬਾਬਾ ਕਬੀਰ ਜੀ ਦਾ ਲਫ਼ਜ਼ ਕੀ ਹੈ, ਚਖਾ ਨਾ ਮਾਰ ਤੁਮਰੋ ਕਹਿਓ ਨਾ ਹੋਏ, ਤੇਰੀ ਮਰਜ਼ੀ ਨਹੀਂ ਚੱਲਣੀ, ਐਵੇਂ ਚਖਾ ਮਾਰਨਾ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਹੋਰ ਵੀ ਸ਼ਬਦ ਹੈ ਜਿੱਥੇ ਬਿਲਕੁਲ ਹੂ ਬਹੂ ਇਹ ਲਫ਼ਜ਼ ਨੇ, ਨਾਨਕ ਬੋਲਣ ਚੱਖਣਾ ਲੱਗੇ ਹੋਰ ਕਿਤੇ ਝਾਕ ਮਾਰਨੀ, ਕਿਸੇ ਤਾਂਤਰਿਕ ਕੋਲ ਕਿਸੇ ਡੇਰੇ ਵਾਲੇ ਸਾਧ ਕੋਲ ਜਾ ਕੇ ਕੁਝ ਮੰਗਣਾ ਤੇ ਹੋਰ ਕਿਤੇ ਰਹਿ ਗਿਆ। ਰੱਬ ਦੇ ਸਾਹਮਣੇ ਵੀ ਨਾ ਮੰਗ,
ਜਦੋਂ ਤੂੰ ਰੱਬ ਦੇ ਸਾਹਮਣੇ ਵੀ ਇਹ ਗੱਲ ਕਹਿੰਦਾ ਨਹੀਂ ਮਹਾਰਾਜ ਮੈਨੂੰ ਆਹ ਚੀਜ਼ ਚਾਹੀਦੀ ਹੈ, ਤਾਂ ਇਹਦਾ ਮਤਲਬ ਤੂੰ ਰੱਬ ਦੀ ਮਰਜ਼ੀ ਤੇ ਸ਼ੱਕ ਕਰਨਾ ਹੈ ਵੀ ਮਤ ਮੈਨੂੰ ਇਹ ਚੀਜ਼ ਨਾ ਦੇਵੇ। ਮੈਂ ਆਪਣੀ ਲਿਸਟ ਉਹਦੇ ਸਾਹਮਣੇ ਰੱਖ ਲਿਆ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਗੁਰਮਤਿ ਦੀਆਂ ਆਪਾਂ ਨੂੰ ਵਿਚਾਰਨ ਦੀ ਲੋੜ ਹੈ। ਕਈ ਭਰਮ ਭੁਲੇਖੇ ਸਾਡੇ ਜੀਵਨ ਵਿੱਚ ਰੂਟੀਨ ਨਾਲ ਪਏ ਹੋਏ ਨੇ, ਜਦੋਂ ਉਹਨਾਂ ਨੂੰ ਛੇੜੀਦਾ ਇਹਨਾਂ ਗੁਰਮਤਿ ਦੀ ਰੋਸ਼ਨੀ ਵਿੱਚ, ਤੇ ਕਈ ਵਾਰ ਡਰੀਦਾ ਉਹ ਲੋਕ ਜਿਹੜੇ ਉਹਨਾਂ ਭਰਮਾਂ ਵਿੱਚ ਪਏ ਕਿ ਭਰਮਾਂ ਨੂੰ ਧਰਮ ਬਣਾ ਕੇ ਬੈਠੇ ਨੇ ਨਾ, ਉਹ ਲੋਕ ਸਾਡੀ ਇਸ ਗੱਲ ਨੂੰ ਵੀ ਬਰਦਾਸ਼ਤ ਨਹੀਂ ਕਰਦੇ। ਜਾਗਰਤੀ ਆ ਰਹੀ ਹੈ, ਐਸੀ ਗੱਲ ਨਹੀਂ, ਅੱਗੇ ਨਾਲੋਂ ਬੜਾ ਫਰਕ ਹੈ, ਜਾਗਰਤੀ ਆ ਰਹੀ ਹੈ, ਪਰ ਅਜੇ ਅਸੀਂ ਬਹੁਤ ਪਿੱਛੇ ਖੜੇ ਹਾਂ ਗੁਰਮਤਿ ਦੇ ਉਸ ਮੰਜ਼ਿਲ ਤੋਂ। ਐਸੇ ਐਸੇ ਇਤਿਹਾਸ, ਐਸੀਆਂ ਐਸੀਆਂ ਸਾਖੀਆਂ ਸਾਡੇ ਵਿੱਚ ਪ੍ਰਚਲਿਤ ਕਰ ਦਿੱਤੀਆਂ ਗਈਆਂ ਜਿਹੜੀਆਂ ਸਾਡੇ ਜੀਵਨ ਦਾ ਇੱਕ ਧਰਮ ਬਣ ਗਈਆਂ। ਹੁਣ ਇੱਕ ਗੱਲ ਸਮਝਿਓ, ਆ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ, ਨਾਨਕ ਬੋਲਣ ਚੱਖਣਾ ਕਹਿਣ ਲੱਗੇ ਰੱਬ ਦੇ ਸਾਹਮਣੇ ਵੀ ਬੋਲਣਾ ਆਪਣੀ ਚਲਾਉਣੀ ਇਹ ਚੱਖ ਮਾਰਨੀ ਹੈ। ਜਦੋਂ ਮੈਂ ਇਹ ਆਖਾਂ ਕਿ ਮੈਨੂੰ ਦੁੱਖ ਲੈ ਲੈ ਮੇਰੇ ਕੋਲੋਂ ਤੇ ਮੈਨੂੰ ਸੁੱਖ ਦੇ ਦੇ, ਇਹਦਾ ਮਤਲਬ ਮੈਂ ਆਪਣੀ ਮਰਜ਼ੀ ਰੱਬ ਕੋਲੋਂ ਕਰਾਉਣਾ ਚਾਹੁੰਦਾ, ਉਹ ਮੇਰਾ ਗੁਲਾਮ ਹੈ, ਉਹਦੇ ਤੇ ਆਪਣੀ ਚਲਾਉਣਾ ਚਾਹੁੰਦਾ। ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ, ਚੱਕ ਮਾਰਨ ਵਾਲੀ ਗੱਲ ਹੈ ਰੱਬ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ, ਜਿਵੇਂ ਮੈਂ ਕਹਿਣਾ ਉਵੇਂ ਕਰ, ਦੁੱਖ ਲੈ ਲੈ ਮੈਂ ਦੁੱਖ ਨਹੀਂ ਚਾਹੁੰਦਾ ਮੈਨੂੰ ਸੁੱਖ ਦੇ ਦਿੰਦੇ। ਤੇ ਅਗਲੀ ਲਾਈਨ ਅੰਦਰ ਕਹਿੰਦੇ ਨੇ ਭਲਿਆ ਉਹਦੇ ਨਾਲ ਉਹ ਚੰਗੀ ਗੱਲ ਨਹੀਂ, ਤੂੰ ਇੱਕ ਗੱਲ ਸਮਝ ਲੈ, ਸੁੱਖ ਦੁੱਖ ਦੋਏ ਦਰ ਕੱਪੜੇ, ਤੂੰ ਕੱਪੜੇ ਨਹੀਂ ਬਦਲਦਾ, ਨਹੀਂ ਬਦਲਦਾ, ਬਦਲਦੇ ਨਾ ਤੇ ਦੁੱਖ ਸੁੱਖ ਵੀ ਤਾਂ ਉਹੀ ਬਦਲਦੇ। ਦੇਖੋ ਉਸ ਸੋਚ ਦਾ ਤੇ ਇਸ ਸੋਚ ਦਾ ਕਿ ਭਲਾ ਇਹ ਸਾਨੂੰ ਹਜ਼ਮ ਹੁੰਦੀ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹਦਾ ਮਤਲਬ ਮੈਂ ਰੱਬ ਦੇ ਹੁਕਮ ਵਿੱਚ ਨਹੀਂ ਰਹਿਣਾ ਚਾਹੁੰਦਾ, ਮੈਂ ਰੱਬ ਤੇ ਆਪਣਾ ਹੁਕਮ ਚਲਾਉਣਾ ਚਾਹੁੰਦਾ। ਅੱਜ ਦੀ ਗੱਲ ਬਹੁਤ ਧਿਆਨ ਨਾਲ ਸੁਣਿਆ, ਜਪੀ ਸਾਹਿਬ ਦਾ ਪਾਠ ਕਰਦੇ ਹੋ ਉਹਦੇ ਵਿੱਚ ਪੌੜੀ ਦੀ ਦੋ ਆਖ ਇੱਕ ਲਾਈਨ ਦੇ ਦੋ ਹਿੱਸੇ ਅਖੀਰਲੇ ਨੇ, ਕਹਿੰਦੇ ਗੁਰਮੁਖ ਸਿਰਫ ਇੱਥੇ ਹੀ ਖੜੀ ਹੈ, ਕਿਸੇ ਗੁਰਦੁਆਰੇ ਕਿਸੇ ਧਰਮ ਪੁਸਤਕ ਕਿਸੇ ਗੁਰੂ ਕਿਸੇ ਪੀਰ ਕਿਸੇ ਰੱਬ ਨੂੰ ਜਪਣ ਦਾ ਮਕਸਦ ਤਾਂ ਇਹੋ ਹੀ ਹੈ ਵੀ ਕਿਸੇ ਤਰ੍ਹਾਂ ਮੈਂ ਸੱਚਿਆਰ ਬਣ ਜਾਵਾਂ। ਹੁਣ ਇੱਕ ਲਾਈਨ ਅੰਦਰ ਦੋਵਾਂ ਚੀਜ਼ਾਂ ਦਾ ਸਵਾਲ ਜਵਾਬ ਦੋਨਾਂ ਚੀਜ਼ਾਂ ਦਾ ਜ਼ਿਕਰ ਕਰ, ਕਹਿਣ ਲੱਗੇ ਸਵਾਲ ਹੈ ਕਿਵ ਸੱਚਿਆਰ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਇਸ ਤਰ੍ਹਾਂ ਕੂੜ ਦੀ ਦੀਵਾਰ ਢਹਿ ਜਾਏ ਸੱਚਿਆਰ ਬਣ ਜਾਵਾਂ।
ਸਾਰਾ ਧਰਮ ਕਰਨ ਐਸੇ ਗਲਤ ਖੜਾ ਕਿਉਂ ਸਚਿਆਰਾ ਹੋਈ ਹੈ ਕਿਉਂ ਕੂੜੇ ਤੁੱਟਦਾ ਸਵਾਲ ਹੈ ਕਿਵੇਂ ਤੇ ਅਗਲੀ ਲਾਈਨ ਜਵਾਬ ਹੈ ਨਾਲ ਹੀ ਬਿਲਕੁਲ ਕਹਿਣ ਲੱਗੇ ਨਾਲ ਹੀ ਮੈਂ ਲਿਖ ਦਿੱਤਾ ਦੀਵਾਰ ਟੁੱਟੇ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਵਿੱਚ ਇਹ ਗੱਲ ਕਹਿ ਦਿੰਦੇ ਨੇ ਕਹਿੰਦੇ ਨੇ ਮੈਂ ਨਾਲ ਹੀ ਲਿਖ ਦਿੱਤਾ ਨਾ ਸਮਝੇ ਤੇਰੀ ਮਰਜ਼ੀ ਨਾਲ ਕੀ ਲਿਖਿਆ ਤੇ ਹੁਕਮ ਲਜਾਈ ਚਰਨਾ ਨਾਨਕ ਲਿਖਿਆ ਨਾਲ ਉਹਦੇ ਹੁਕਮ ਵਿੱਚ ਰਹਿਣ ਦੀ ਆਦਤ ਬਣਾ ਲੈ ਬਸ ਸਚਿਆਰ ਹੋ ਜਾਣ ਲੋ ਕਿਹੜਾ ਸੰਖੇਪ ਵਿੱਚ ਜਵਾਬ ਹੈ ਉਹਦੇ ਹੁਕਮ ਵਿੱਚ ਰਹਿਣ ਦੀ ਆਦਤ ਬਣਾ ਲੈ ਉਹਦੇ ਤੇ ਆਪਣੀ ਮਰਜ਼ੀ ਨਾ ਚਲਾ ਤੇ ਮੈਨੂੰ ਆ ਦੇ ਆ ਲੈ ਲੈ ਤੇ ਮੇਰਾ ਹੁਕ ਮੇਰੀ ਮਰਜ਼ੀ ਹੋ ਗਈ ਬਾਬਾ ਕਬੀਰ ਨੇ ਵੀ ਅੱਜ ਇਹੀ ਆਖਿਆ ਕਬੀਰ ਚੰਖਣਾ ਚੰਖੀਐ ਤੁਮਰੋ ਕਹਿਓ ਨਾ ਹੋਏ ਐਵੇਂ ਚੱਖਾ ਮਾਰਨਾ ਕੋਈ ਤੇਰੇ ਤੇ ਰੱਬ ਤੇਰਾ ਕੋਈ ਨੌਕਰ ਥੋੜ੍ਹਾ ਜਿਵੇਂ ਤੂੰ ਆਖੇਗਾ ਉਵੇਂ ਕਰੇਗਾ ਸੋ ਕਰੇ ਜੇ ਕਿਸੇ ਦੇ ਜਾਏ ਜਿਹੜੀ ਉਹਦੀ ਰਜ਼ਾ ਹੋਵੇਗੀ ਉਹ ਕਰੇਗਾ ਮੈਂ ਤੇ ਕਹਿੰਦਾ ਨੀ ਬਾਣੀ ਕਹਿੰਦੀ ਸੋ ਕਰੇ ਜੇ ਕਿਸੇ ਦੇ ਜਾਏ ਕਬੀਰ ਚੰਖਣਾ ਚੰਖੀਐ ਤੁਮਰੋ ਕਹਿਓ ਨਾ ਹੋਏ ਤੇਰੇ ਕਿਆ ਕੁਝ ਨਹੀਂ ਹੋਣਾ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਈ ਜੋ ਉਹ ਕਰਮ ਕਰਨ ਵਾਲਾ ਪ੍ਰਭੂ ਕਰੇਗਾ ਉਹਨੂੰ ਤੂੰ ਮਿਟਾ ਨਹੀਂ ਸਕੇਗਾ ਤੂੰ ਬਦਲ ਨਹੀਂ ਸਕੇਗਾ ਜ਼ਰਾ ਸੋਚਿਓ ਅਸੀਂ ਤੇ ਗੁਰੂ ਨਾਲ ਸਾਖੀਆਂ ਘੱਟ ਦਿੱਤੀਆਂ ਜਿਹੜੀਆਂ ਸਾਖੀਆਂ ਅੱਜ ਵਿਚਾਰੀਆਂ ਜਾ ਰਹੀਆਂ ਨੇ ਬੀਬੀ ਕਰਮੋ ਪਿਥੀ ਚੰਦ ਦੇ ਘਰੋਂ ਹੁਣ ਸਾਖੀਆਂ ਬਣਾਉਣ ਲੱਗੀਆਂ ਅਸੀਂ ਬੜੇ ਲੰਬੇ ਚੌੜੇ ਉਡੰਬਰ ਬਣਾਏ ਜਿਹੜੀ ਆਮ ਜੀਵਨ ਦੀ ਗੱਲਾਂ ਵੀ ਗੁਰੂ ਸਾਹਿਬ ਦੇ ਦਰਬਾਰ ਅੰਦਰ ਸਿੱਖ ਸੰਗਤਾਂ ਬੜੀਆਂ ਕੀਮਤੀ ਕੀਮਤੀਆਂ ਵਸਤੂਆਂ ਲਿਆ ਕੇ ਭੇਟ ਕਰਦੀਆਂ ਸਨ ਬੜੇ ਕੀਮਤੀ ਵਸਤਰ ਹੁੰਦੇ ਸਨ ਦਾ ਮਤਲਬ ਗੁਰੂ ਸਾਹਿਬ ਉਹ ਵਸਤਰ ਇਕੱਤਰ ਕਰਕੇ ਆਪਣੇ ਘਰ ਵਾਲੀ ਨੂੰ ਰੱਖ ਦਿੰਦੇ ਵਸਤਰ ਦੇ ਹੁੰਦੇ ਸਨ ਇਹ ਤਾਂ ਸਾਡੀ ਆਮ ਜੀਵਨ ਦੀ ਗੱਲ ਤੇ ਗੰਗਾ ਧੁੱਪ ਲਵਾਉਣ ਵਾਸਤੇ ਕੋਠੇ ਤੇ ਉਹ ਕੀਮਤੀ ਦੁਸ਼ਾਲੇ ਤੇ ਕੀਮਤੀ ਵਸਤੂਆਂ ਉੱਤੇ ਸੁੱਕਣੇ ਪਾਈਆਂ ਹੋਈਆਂ ਸਨ ਕਰਮੋਂ ਨੇ ਵੇਖ ਲਿਆ ਸਾਖੀਆਂ ਘੱਟ ਵਾਲੇ ਅੱਜ ਵੀ ਸੂਰ ਪ੍ਰਕਾਸ਼ ਪੜ੍ਹ ਕੇ ਦੇਖ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਮਤ ਦੇ ਵਿਰੁੱਧ ਕਿੰਨੀਆਂ ਗੱਲਾਂ ਨੇ ਸਾਡੇ ਸਾਹਮਣੇ ਜਿਹੜੀਆਂ ਸਾਡੇ ਜੀਵਨ ਦੀਆਂ ਪਰੰਪਰਾ ਬਣ ਚੁੱਕੀਆਂ ਨੇ ਜਦੋਂ ਅਸੀਂ ਅੱਜ ਉਹਨਾਂ ਨੂੰ ਵਿਚਾਰਦੇ ਹਾਂ ਤੇ ਲੋਕ ਮਹਿਸੂਸ ਕਰਦੇ ਨੇ ਕਿਉਂ ਜੀਵਨ ਦੀਆਂ ਪਰੰਪਰਾ ਨੇ ਸਾਡੇ ਕੋਲ ਦਿਲ ਜਿਗਰਾ ਇੰਨਾ ਨਹੀਂ ਕਿ ਅਸੀਂ ਕੋਈ ਇਨਕਲਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਲਿਆ ਸਕੀਏ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਗੁਰੂ ਅਰਜਨ ਪਾਤਸ਼ਾਹ ਆਪ ਸੰਪਾਦਨ ਕਰ ਰਹੇ ਨੇ ਆਪ ਕਰ ਬੀਬੀ ਕਰਮ ਨੂੰ ਵੇਖ ਲਿਆ ਮਨ ਅੰਦਰ ਈਰਖਾ ਆ ਗਈ ਈਰਖਾ ਆ ਗਈ ਕਿ ਇਹ ਚੀਜ਼ਾਂ ਤੇ ਸਾਡੇ ਘਰ ਹੋਣੀਆਂ ਚਾਹੀਦੀਆਂ ਸਨ ਵੱਡੇ ਤਾਂ ਸਹੀ ਆ ਪੇਟਾਂ ਤੇ ਸਾਡੇ ਦਰਬਾਰ ਵਿੱਚ ਆਉਣੀ ਚਾਹੀਦੀ ਸੀ ਇਹ ਗੰਗਾ ਦੇ ਘਰ ਜਾਣ ਲੱਗ ਪਈਆਂ ਤੇ ਨਾਲ ਤਾਂ ਮਾਰਿਆ ਦੂਰ ਖੜੋਤੀ ਨੇ ਉੱਥੇ ਇਹਨਾਂ ਦੇ ਲਫ਼ਜ਼ ਨੇ ਮੇਰੇ ਕੋਲ ਤਾਂ ਮੈਨੂੰ ਤਾਂ ਸਾਖੀ ਸੁਣਾਉਣੀ ਵੀ ਔਖੀ ਹੋ ਜਾਂਦੀ ਮੇਰਾ ਮਾਰਿਆ ਤਾਨਾ ਮਾਰਿਆ ਤੁਸੀਂ ਕਬਜ਼ਾ ਤੇ ਕਰ ਲਿਆ ਗੱਦੀ ਤੇ ਪਰ ਕੋਈ ਹੱਥ ਨਹੀਂ ਤੁਹਾਡੇ ਘਰ ਕਿਹੜਾ ਕੋਈ ਪੁੱਤਰ ਹੈ ਕੋਈ ਸੰਤਾਨ ਹੈ ਤੁਸੀਂ ਨਿਪੁੱਤੇ ਹੋ ਆਖਰ ਤਾਂ ਇਹ ਸਭ ਕੁਝ ਸਾਡੇ ਗੱਦੀ ਸਿੰਘਾਸਨ ਸਾਡੇ ਘਰ ਹੀ ਆਉਣ ਕਰਮੋਂ ਨੇ ਇਹ ਗੱਲ ਕਹਿ ਦਿੱਤੀ
ਜਿਹੜੀ ਗੱਲ ਬੀਬੀਆਂ ਲਈ ਬਰਦਾਸ਼ਤ ਕਰਨੀ ਸਭ ਤੋਂ ਜ਼ੋਰ ਔਖੀ ਹੁੰਦੀ ਹੈ। ਦਿਖਾਇਆ ਇਹ ਸ਼ਾਮਾਂ ਨੂੰ ਗੁਰੂ ਅਰਜਨ ਸਾਹਿਬ ਘਰ ਆਏ, ਗੋਬਾ ਰੋਣ ਲੱਗ ਪਈ, ਉਦਾਸ ਬੈਠੀ, ਮਹਾਰਾਜ ਮੈਨੂੰ ਅੱਜ ਆਹ ਆਖਿਆ, ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਘਰ ਦੀ ਸੰਤਾਨ। ਇਹਦਾ ਮਤਲਬ ਗੰਗਾ ਵੀ ਰੱਬੀ ਹੁਕਮ ਤੋਂ ਵਿਚਰਿਆ ਪਸੰਦ ਨਹੀਂ ਕਰਦੀ। ਤੇ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਖਿਆ, ਚੰਗਾ ਫਿਰ ਮੇਰੇ ਕੋਲ ਤਾਂ ਜੋ ਕੁਝ ਹੈ ਸਿੱਖ ਸੰਗਤਾਂ ਵਾਸਤੇ, ਬਾਬਾ ਬੁੱਢਾ ਜੀ ਕੋਲ ਚਲੀ ਗਿਆ। ਇਹਦਾ ਮਤਲਬ ਗੁਰੂ ਅਰਜਨ ਸਾਹਿਬ ਆਪਣੀ ਮਰਜ਼ੀ ਨਾਲ ਬਾਬਾ ਬੁੱਢਾ ਜੀ ਕੋਲ ਭੇਜਦੇ ਨੇ ਗੰਗਾ ਨੂੰ, ਇਸ ਲਈ ਕਿ ਉੱਥੋਂ ਤੈਨੂੰ ਪੁੱਤਰ ਦੀ ਦਵਾਰ ਮਿਲੇਗਾ। ਇਹਦਾ ਮਤਲਬ ਕਿਉਂ, ਜੇ ਰੱਬੀ ਹੁਕਮ ਵਿੱਚ ਰਹਿਣ ਦੀ ਆਦਤ ਸਿਖਾਉਣੀ ਹੈ ਤਾਂ ਫਿਰ ਇਹ ਕਿਉਂ ਆਖਿਆ ਜਾ ਕੇ ਬਾਬਾ ਬੁੱਢਾ ਜੀ ਕੋਲ, ਕੀ ਵਰ ਸਰਾਪ ਦਾ ਕੋਈ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਗੁਰੂ ਘਰ ਦੀ ਗੁਰਮਤ ਵਿੱਚ ਹੈ ਵਰ ਸਰਾਪ ਦੀ? ਵਰ ਲੈਣ ਲਈ ਭੇਜੋ। ਤੇ ਜੇ ਨਿਰੰਕਾਰ ਦੇ ਹੁਕਮ ਵਿੱਚ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ, ਤੇ ਫਿਰ ਮਤਲਬ ਏਡੀ ਵੱਡੀ ਚੀਜ਼ ਲੈਣ ਵਾਸਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਮਾਤ ਗੰਗਾ ਨੂੰ, ਘਰੋਂ ਗੰਗਾ ਨੂੰ ਭੇਜਿਆ ਬਾਬਾ ਬੁੱਢਾ ਜੀ ਦਾ ਮਤਲਬ, ਬਾਬਾ ਬੁੱਢਾ ਜੀ ਨੇ ਰੱਬੀ ਨਿਰੰਕਾਰ ਦੇ ਹੁਕਮ ਦੀ ਅਦੂਲੀ ਕੀਤੀ। ਕਿਸਮਤ ਵਿੱਚ ਨਹੀਂ ਸੀ ਬਾਬਾ ਬੁੱਢਾ ਜੀ ਨੇ ਦੇ ਦਿੱਤਾ ਹੈ। ਕਿਹੜੀਆਂ ਜੀ ਕੈਸੀਆਂ ਕੈਸੀਆਂ ਘਟਨਾਵਾਂ ਗੁਰੂ ਨਾਲ ਜੋੜ ਦਿੱਤੀਆਂ, ਸਾਡੇ ਜੀਵਨ ਦਾ ਹਿੱਸਾ ਬਣ ਗਈਆਂ। ਇਹਦਾ ਮਤਲਬ ਗੁਰੂ ਅਰਜਨ ਸਾਹਿਬ ਨੇ ਮਹਿਸੂਸ ਨਾ ਕੀਤਾ ਵੀ ਜੇ ਸਾਡੀ ਝੋਲੀ ਗੁਰੂ ਹਰਗੋਬਿੰਦ ਸਾਹਿਬ ਨਹੀਂ ਤੇ ਫਿਰ ਬਾਬਾ ਬੁੱਢਾ ਜੀ ਕਿੱਥੋਂ ਦੇਣਗੇ? ਮਰਜ਼ੀ ਤਾਂ ਰੱਬ ਦੀ ਚੱਲਦੀ, ਦੇ ਲੈ ਏਕ ਤੂੰ ਦਿਗਰ ਕੋ ਨਹੀਂ ਮਾਨੁਕ ਟੇਕ। ਉਹ ਗੁਰੂ ਅਰਜਨ ਪਾਤਸ਼ਾਹ ਜਿਹੜੇ ਇਹ ਗੱਲ ਕਹਿੰਦੇ ਹੋਣ ਸੁਖਮਨੀ ਸਾਹਿਬ ਵਿੱਚ, ਮਾਨੁਕ ਕੀ ਟੇਕ ਬਿਰਥੀ ਸਮਝਾਣ ਦੇਵਨ ਕੋ ਏਕ ਹੈ ਭਗਵਾਨ ਜਿਸਕੇ ਦੀਏ ਰਹੇ ਗਾਏ ਬਹੁਤ ਨਾ ਤਿਸ਼ਨਾ ਲੱਗ ਗਿਆ ਹੈ। ਸਤਾਉਂਦੇ ਹੁਕਮ ਦਾ ਮਾਰੇ ਰੱਖੇ ਕੋ ਆਪ ਮਾਨਿਤ ਕੇ ਪਿਛਣਾ ਆ ਕਿਸਕਾ ਹੁਕਮ ਬੂਝ ਸੁਖ ਹੋਏ। ਜਿਹੜੇ ਉਹਦੇ ਹੁਕਮ ਵਿੱਚ ਰਹਿਣ ਦਾ ਸੁਭਾਅ ਬਣਾਉਣਾ ਚਾਹੁੰਦੇ ਹੋਣ ਔਰ ਆਪਣਾ ਬਣਾ ਚੁੱਕੇ ਹੋਣ, ਕੀ ਗੰਗਾ ਜੀ ਨੂੰ ਇਹ ਗੱਲ ਨਾ ਸਮਝਾ ਸਕੇ? ਉਹਨੂੰ ਆਖਿਆ ਜਾ ਬਾਬਾ ਬੁੱਢਾ ਜੀ ਕੋਲੋਂ ਬਾਹਰ ਲਿਆ। ਕਹਾਣੀਆਂ ਕੈਸੀਆਂ ਕੱਢ ਦਿੱਤੀਆਂ, ਬਹੁਤ ਸਾਰਾ ਸਾਧੂ ਸਮਾਨ ਲੈ ਕੇ ਖੈਰ ਕਹਾਣੀ ਦੇ ਫੈਲਾਓ ਵਿੱਚ ਕੀ ਜਾਣਾ, ਰੱਥਾਂ 'ਤੇ ਸਵਾਰ ਹੋ ਕੇ ਸੱਚ ਗੋਲੀਆਂ ਨੂੰ ਨਾਲ ਲੈ ਕੇ ਸਿੱਖ ਜਦੋਂ ਜਾ ਰਹੇ ਸੀ, ਬਾਬਾ ਬੁੱਢਾ ਜੀ ਭੀੜ ਵਿੱਚ ਦੇਖਦੇ ਨੇ ਕੌਣ ਆ ਰਿਹਾ ਜੀ, ਆਖਿਰ ਗੁਰੂ ਸਾਹਿਬ ਦੇ ਮਹਿਲ ਬਾਅਦ ਗੰਗਾ ਜੀ ਆ ਰਿਹਾ, ਗੁਰੂ ਸਾਹਿਬ ਦੇ ਮਹਿਲਾਂ ਨੂੰ ਕੀ ਭਾਜਣਾ ਪੈ ਗਈ? ਪਰ ਇਹ ਗੱਲ ਬਾਬਾ ਬੁੱਢਾ ਜੀ ਕਹਿ ਸਕਦੇ? ਉੱਥੇ ਵਾਪਸ ਚਲੇ ਗਏ। ਚਲੋ ਖੈਰ, ਮੈਂ ਸਾਖੀ ਦੇ ਇਤਿਹਾਸ ਵਿਸਥਾਰ ਵਿੱਚ ਨਾ ਜਾਵਾਂ, ਸਿਰਫ ਵਿਚਾਰਨੀ ਇਹ ਗੱਲ ਇਹ ਹੈ ਕਿ ਕੀ ਗੁਰੂ ਅਰਜਨ ਪਾਤਸ਼ਾਹ ਜਿਹੜਾ ਤਿਸਕਾ ਹੁਕਮ ਪੂਰ ਸੁੱਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ ਦਾ ਸਬਕ ਸਾਰੇ ਸੰਸਾਰ ਨੂੰ ਅੱਜ ਵੀ ਪੜ੍ਹਾ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ। ਭਲਾ ਉਹ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਾਪਤੀ ਲਈ ਬਾਬਾ ਬੁੱਢਾ ਜੀ ਨੂੰ ਇਹ ਗੱਲ ਆਖਣ ਕਿ ਤੂੰ ਰੱਬ ਦੇ ਹੁਕਮ ਦੀ ਅਦੂਲੀ ਕਰਕੇ ਜੋ ਕੁਝ ਮੇਰੇ ਨਿਰੰਕਾਰ ਨੇ ਮੈਨੂੰ ਨਹੀਂ ਦਿੱਤਾ ਉਹ ਤੂੰ ਦੇ ਦੇ, ਪਰ ਇਹ ਹੋ ਸਕਦਾ ਕਰ ਦਿੱਤਾ ਅਸੀਂ ਲਿਖ ਦਿੱਤਾ ਉਹ ਤੁਹਾਨੂੰ ਅਰਜ਼ ਕੀਤੀ ਹੈ ਵੀ ਕਿਹੜੀ ਅਜੀਬ ਗੱਲ ਹੈ, ਅਸੀਂ ਉਹ ਗੱਲ ਜਪਜੀ ਸਾਹਿਬ ਦੀ ਦਿਨ ਰਾਤ ਪੜ੍ਹ ਰਹੇ
ਸਾਡੇ ਨਾਲ ਰੋਜ਼ਾਨਾ ਜੀਵਨ ਵਿੱਚ ਵਰਤ ਵੀ ਰਹੀ ਹੈ। ਅਨੇਕਾਂ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਅਸੀਂ ਨਿਪੁੱਤੇ ਨਾ ਰਹੀਏ ਪਰ ਹੈ, ਅਨੇਕਾਂ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਕਦੀ ਸਾਨੂੰ ਰੋਗ ਨਾ ਲੱਗੇ ਪਰ ਰੋਗੀ ਹੈ। ਅਸੀਂ ਪ੍ਰੈਕਟੀਕਲੀ ਸਭ ਕੁਝ ਦੇਖ ਰਹੇ ਹਾਂ ਕਿ ਸਾਡਾ ਹੁਕਮ ਨਹੀਂ ਚੱਲਦਾ ਪਰ ਵਿਸ਼ਵਾਸ ਨਹੀਂ ਕਰ ਰਹੇ। ਅਸੀਂ ਉਹ ਅਵਿਸ਼ਵਾਸੀ ਜਿਹੜੀ ਹੈ ਉਹ ਗੁਰੂ ਨਾਲ ਵੀ ਜੋੜ ਰਹੇ ਤੇ ਗੁਰੂ ਬਾਰ ਬਾਰ ਇਹੋ ਗੱਲ ਕਹਿੰਦੇ ਨੇ। ਅੱਜ ਦਾ ਇਹ ਸਬਜੈਕਟ ਬਾਬਾ ਕਬੀਰ ਜੀ ਦਾ ਵੀ ਇਹੋ ਕਹਿੰਦੇ ਨੇ, ਭਰਿਆ ਉਸ ਮਾਲਕ ਦੇ ਹੁਕਮ ਵਿੱਚ ਰਹਿਣ ਦੀ ਆਦਤ ਬਣਾ, ਹੁਕਮ ਵਿੱਚ ਰਹਿਣ ਦੀ ਆਦਤ ਬਣਾ। ਜਿਸ ਦਿਨ ਤੂੰ ਹੁਕਮ ਵਿੱਚ ਰਹਿਣ ਦੀ ਆਦਤ ਬਣਾ ਲਏਗਾ ਫਿਰ ਇਹ ਮਤਲਬ ਨਹੀਂ ਕਿ ਤੈਨੂੰ ਨਿਰੰਕਾਰ ਕੁਛ ਦੇਵੇਗਾ ਨਹੀਂ ਜਾਂ ਤੇਰੇ ਤੇ ਤੇਰੇ ਮਨ ਵਿੱਚ ਕੋਈ ਉਲਾਂਭਾ ਰਹਿ ਜਾਏਗਾ। ਜੋ ਕੁਝ ਉਲਾਂਭਾ ਤੇ ਤਾਂ ਹੁੰਦਾ ਜਦੋਂ ਜਿਹੜੀ ਚੀਜ਼ ਮਿਲੇ ਉਹ ਚੀਜ਼ ਮੇਰੀ ਮਰਜ਼ੀ ਦੀ ਨਾ ਹੋਵੇ ਤੇ ਜਿਹੜੀ ਨਾ ਮਿਲੇ ਉਹਦਾ ਉਹਦੀ ਮੈਨੂੰ ਥੋੜ ਪ੍ਰਤੀਤ ਹੋਵੇ। ਮੈਂ ਇੱਕ ਵਾਰ ਕੀਤੀ ਸੀ ਸਵਾਮੀ ਪਰਮਾਨੰਦ ਨੇ ਦਿਨ ਲਫ਼ਜ਼ ਬੜੇ ਖੂਬਸੂਰਤਾ ਕਹੇ ਕਿ ਮਨੁੱਖ ਦੁਖੀ ਕਿਉਂ ਹੈ ਕਿ ਜੋ ਚਾਹਤਾ ਹੈ ਵੋ ਹੋਤਾ ਨਹੀਂ, ਜੋ ਹੋਤਾ ਹੈ ਵੋ ਪਾਤਾ ਨਹੀਂ, ਜੋ ਪਾਤਾ ਹੈ ਵੋ ਰਹਿਤਾ ਨਹੀਂ। ਜੋ ਚਾਹੁੰਦਾ ਉਹ ਹੁੰਦਾ ਨਹੀਂ ਤਾਂ ਵੀ ਦੁਖੀ, ਤੇ ਜੋ ਹੋ ਰਿਹਾ ਉਹ ਇਹਨੂੰ ਚੰਗਾ ਨਹੀਂ ਲੱਗਦਾ ਤਾਂ ਵੀ ਦੁਖੀ, ਤੇ ਜੋ ਇਹਨੂੰ ਚੰਗਾ ਲੱਗਦਾ ਉਹ ਇਹਦੇ ਕੋਲ ਰਹਿੰਦਾ ਨਹੀਂ ਤਾਂ ਵੀ ਦੁਖੀ। ਤੇ ਜੇ ਇਹ ਰੱਬੀ ਹੁਕਮ ਵਿੱਚ ਰਹਿਣ ਦੀ ਆਦਤ ਬਣਾ ਜੋ ਗੁਰਮੁਖ ਸਿੱਖਾਂ ਦੀ, ਬਸ ਗੁਰੂ ਨੇ ਇੱਕੋ ਲਫ਼ਜ਼ ਦਾ ਫੈਸਲਾ ਦੇ ਦਿੱਤਾ, ਕਹਿਣ ਲੱਗੇ ਕਿਵ ਸਚਿਆਰਾ ਹੋਈ ਹੈ ਕਿਵ ਕੂਵੇ ਟੁੱਟੈ ਤਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿਣ ਲੱਗੇ ਭਰਿਆ ਬਾਬਾ ਕਬੀਰ ਜੀ ਦੀ ਰਸਨਾ ਤੇ ਬੈਠ ਕੇ ਵੀ ਇਹੋ ਗੱਲ ਕਹਿੰਦੇ ਨੇ, ਭਰਿਆ ਇੱਕ ਖਿਆਲ ਕਰੀ ਉਹ ਇਹ ਕਿ ਤੇਰੇ ਚੱਖ ਮਾਰਨ ਨਾਲ ਕੁਝ ਨਹੀਂ ਹੋ ਜਾਣਾ, ਤੇਰਾ ਕੀਤਾ ਕੁਝ ਨਹੀਂ। ਕਬੀਰ ਚੰਖ ਨਾ ਚੰਖੀ ਹੈ ਤੁਮਰੋ ਕਹਿਓ ਨਾ ਹੋਏ, ਕਰਮ ਕਰੀ ਜੋ ਕਰ ਰਹੇ ਮੇਟ ਨਾ ਸਕੇ ਕੋਈ। ਇਹ ਹੁਕਮ ਵਿੱਚ ਰਹਿਣ ਦੀ ਆਦਤ ਬਣਾ, ਆਪਣਾ ਸੁਭਾਅ ਤੇ ਆਪਣੀ ਹੋਂਦ ਆਪਣੀ ਮਰਜ਼ੀ ਤਿਆਗ ਦੇ। ਜਦੋਂ ਇਹ ਚੀਜ਼ ਸਮਝਾਈ ਤੇ ਅਗਲਾ ਸਲੋਕ ਜਿਹੜਾ ਆਪਾਂ ਪਿੱਛੇ ਕਰ ਚੁੱਕੇ ਹੁਣ ਨਾਲ ਜੋੜ ਕੇ ਦੇਖੋ। ਕਹਿਣ ਲੱਗੇ ਮਰਜ਼ੀਵੇ ਦੀ ਨਿਸ਼ਾਨੀ ਕੀ ਹੈ, ਹਰ ਆਦਮੀ ਇਸ ਕਸੌਟੀ ਤੇ ਪੂਰਾ ਨਹੀਂ ਉਤਰਦਾ ਕਿ ਰੱਬ ਦੇ ਹੁਕਮ ਵਿੱਚ ਸਿਰ ਚੁਕਾਏ। ਕਬੀਰ ਕਸੌਟੀ ਰਾਮ ਕੇ ਝੂਠਾ ਟਿਕੇ ਨਾ ਕੋਏ, ਕੌਣ ਟਿਕਦਾ ਰਾਮ ਕਸੌਟੀ ਸੋ ਸਹੇ ਜੋ ਮਰਜ਼ੀਵਾ ਹੋਏ। ਜਿਹੜਾ ਜਿਉਂਦਿਆ ਆਪਣੀ ਹੋਂਦ ਆਪਣੀ ਹੋਮੇ ਆਪਣੀ ਮਰਜ਼ੀ ਤਿਆਗ ਦੇਵੇ। ਮਰਜ਼ੀਵਾ ਮਰਜ਼ੀਵਾ ਦਾ ਅਰਥ ਕੀ ਹੈ, ਮੈਂ ਕਲ ਕੀਤੀ ਸੀ ਮਰਨ ਦੇ ਅਰਥ ਬੜੇ ਸਪਸ਼ਟ ਨੇ ਕਿ ਮਰਨ ਤੋਂ ਬਾਅਦ ਮਨੁੱਖ ਆਪੇ ਆਪੇ ਕੁਝ ਵੀ ਨਹੀਂ ਕਰ ਸਕਦਾ, ਆਪਣਾ ਕਫਨ ਜਿਹੜਾ ਉਹਦੀ ਵੀ ਚੋਣ ਆਪ ਨਹੀਂ ਕਰ ਸਕਦਾ ਕਿ ਮੈਂ ਸਾਰੀ ਜ਼ਿੰਦਗੀ ਆਪਣੀ ਮਰਜ਼ੀ ਦੇ ਕੱਪੜੇ ਸਵਾਏ ਨੇ ਤਾਂ ਹੁਣ ਕਫਨ ਵੀ ਮੇਰੀ ਮਰਜ਼ੀ ਦਾ ਮੰਨ ਲਿਓ, ਆਪਣੀ ਸਾਰੀ ਹੋਂਦ ਖਤਮ ਹੋ ਗਈ। ਇਹਨੂੰ ਕਹਿੰਦੇ ਨੇ ਮਰਜ਼ੀਵਾ। ਤੇ ਇਸੇ ਲਈ ਬਾਬਾ ਕਬੀਰ ਜੀ ਨੇ ਇਹ ਗੱਲ ਸਮਝਾ ਕੇ ਕਿ ਹੁਕਮ ਰਜਾਈ ਚੱਲਣਾ ਕੀ ਹੈ, ਕਹਿਣ ਲੱਗੇ ਜੋ ਮਰਜ਼ੀਵਾ ਹੋਏ। ਇੱਕ ਕਸੌਟੀ ਹੈ ਉਸ ਮਰਜ਼ੀਵੇ ਦੀ ਕਿ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਅਗਲੀ ਲਾਈਨ ਇਹੋ ਸੀ ਰਾਮ ਕਸੌਟੀ ਸੋ ਕਬੀਰ ਚੰਖ ਨਾ ਚ
ਮੁਹੱਬਤ ਦਾ ਸਭ ਤੋਂ ਜ਼ਰੂਰੀ ਅਤੇ ਵੱਡਾ ਸਬਜੈਕਟ ਹੀ ਉਹ ਹੈ ਕਿ ਹੁਕਮ ਰਜਾਈ ਚਰਨਾ, ਨਾਨਕ ਲਿਖਿਆ ਦਾਨ। ਸਵਾਲ ਹੈ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਰ, ਅਤੇ ਜਵਾਬ ਹੈ ਹੁਕਮ ਰਜਾਈ ਚਰਨਾ, ਨਾਨਕ ਲਿਖਿਆ ਨਾਲ। ਤੋ ਬਾਬਾ ਕਬੀਰ ਜੀ ਦਾ ਇਹ ਸਲੋਕ, ਦੋਨੋਂ ਸਲੋਕ ਜਿਹੜੇ ਨੇ, ਅਗਲਾ ਤਾਂ ਹੈ ਵੀ ਇਹ ਕਸਵੱਟੀ ਹੈ, ਕਿਉਂਕਿ ਹਰ ਆਦਮੀ ਇਸ ਗੱਲ 'ਤੇ ਪੂਰਾ ਨਹੀਂ ਉਤਰਦਾ, ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ। ਹੁਕਮ ਮੰਨ ਕੇ ਹੁਕਮ ਦੇ ਵਿੱਚ ਰਹਿਣ ਦੀ ਆਦਤ ਸੁਭਾਅ ਤਾਂ ਸਭ ਤੋਂ ਮੁਸ਼ਕਲ ਹੈ, ਜਿਹੜਾ ਸਾਡੇ ਲਈ ਵੀ ਮੁਸ਼ਕਲ ਹੈ। ਇਹਨਾਂ ਦੋ ਸਲੋਕਾਂ ਅੰਦਰ ਇਸੇ ਲਈ ਕਰ ਦਿੱਤਾ, ਪਹਿਲੇ ਆਖਿਆ ਚੰਖਣਾ ਸੰਖੀ ਹੈ ਤੁਮਰੋ ਕਹਿਓ ਨਾ ਹੋਏ, ਇਹ ਤਾਂ ਹੀ ਹੋ ਸਕਦਾ ਜੇ ਮਰਜੀਵਾ ਹੋ ਜਾਏ, ਜਿਉਂਦਿਆਂ ਆਪਣੀ ਹੋ ਮਾਰ ਦੇਵੇ। ਕਹਿਣ ਲੱਗੇ ਰਾਮ ਕਸੌਟੀ, ਸੋ ਸਹੇ ਜੋ ਮਰਜੀਵਾ ਹੋਏ। ਇਸੇ ਲਈ ਪਿਛਲੇ ਸਲੋਕ ਨੂੰ ਅਤੇ ਇਸ ਸਲੋਕ ਨੂੰ ਅੱਜ ਇਕੱਤਰ ਕੀਤਾ ਤਾਂ ਕਿ ਅੱਗੇ ਲਈ ਅਸੀਂ ਫਿਰ ਆਪਣੀ ਰੂਟੀਨ ਵਿੱਚ ਆ ਸਕੀਏ। ਇਹਨਾਂ ਸ਼ਬਦਾਂ ਦਾ ਕਿਵਾਂ ਦਾ ਜਾ ਚੁੱਕਾ, ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।